ਗੁਰਦਾਸਪੁਰ ਦੇ ਬਟਾਲਾ ਵਿਖੇ ਸਰਕਾਰੀ ਖੰਡ ਮਿੱਲ ਵਿੱਚ ਗੰਨੇ ਦੀ ਸੀਜ਼ਨਲ ਪੜਾਈ ਦੇ ਕੰਮ ਦੀ ਸ਼ੁਰੂਆਤ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੀ ਗਈ। ਇਸ ਮੌਕੇ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 3500 TCD ਦਾ ਪਲਾਨ ਪਾਸ ਹੋ ਚੁੱਕਿਆ ਹੈ ਅਤੇ 220 ਕਰੋੜ ਦੇ ਬਜਟ ਤੋਂ ਤਿਆਰ ਹੋਣ ਵਾਲਾ ਕੋ ਜਨਰੇਸ਼ਨ ਪਲਾਂਟ ਵੀ ਜਲਦੀ ਅਪਰੂਵ ਹੋ ਜਾਵੇਗਾ। ਉੱਥੇ ਮਿੱਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੀਆਂ 5 ਸਰਕਾਰੀ ਸ਼ੂਗਰ ਮਿੱਲ ਬੰਦ ਕਰਕੇ ਰੱਖੀਆਂ ਹੋਈਆਂ ਹਨ ਅਤੇ ਕਰਮਚਾਰੀਆਂ ਨੂੰ ਕੰਮ ਕਰਨ ਲਈ ਦੂਸਰੀਆਂ ਮਿੱਲਾਂ ਦੇ ਠੇਕੇ ਤੇ ਭੇਜ ਦਿੱਤਾ ਜਾਂਦਾ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਸੀਂ ਠੇਕੇ ਤੇ ਕੰਮ ਕਰ ਰਹੇ ਹਾਂ ਅਤੇ ਸਾਨੂੰ ਜਲਦੀ ਹੀ ਪੱਕਾ ਕੀਤਾ ਜਾਵੇ। ਸਾਡਾ ਪ੍ਰੋਸੈਸ ਜਿਹੜਾ ਕੈਬਨਿਟ ਸਬ ਕਮੇਟੀ ਨੇ ਇਹਨੂੰ ਪਾਸ ਕਰ ਦਿੱਤਾ ਕਿ ਜਿਹੜਾ ਇਹਨੂੰ 3500 TCD ਕਰਨਾ ਔਰ ਜਿਹੜੀ ਇਹਦੀ ਟੋਟਲ ਕਪੈਸਿਟੀ 5000 ਮੈਟ੍ਰਿਕ ਟਨ ਰੋਜ਼ ਦੀ ਹੋਏਗੀ ਜਿਹੜਾ ਗੰਨਾ ਚੁੱਕਿਆ ਜਾਏਗਾ। ਨਾਲ ਹੀ ਇਹਦਾ ਕੋ ਜਨਰੇਸ਼ਨ ਜਿਹੜਾ ਪਲਾਂਟ ਆ ਉਹਨੂੰ ਅਸੀਂ ਕਰਾਂਗੇ, ਉਹ ਨਾਲ ਲਵਾਂਗੇ ਕਿ ਬਿਜਲੀ ਵੀ ਇੱਥੇ ਤਿਆਰ ਹੋਵੇ। ਔਰ ਇਹਦਾ ਕੋਈ 220 ਕਰੋੜ ਰੁਪਏ ਦਾ ਇਸ ਵੇਲੇ ਜਿਹੜਾ ਬਜਟ ਬਣਿਆ ਔਰ ਅਸੀਂ ਉਹਦੀ ਜਿਹੜੀ ਹੈ ਕਿ ਸਬ ਕਮੇਟੀ ਨੇ ਅਪਰੂਵਲ ਦੇ ਦਿੱਤੀ ਆ। ਜਿਸ ਦਿਨ ਕੈਬਨਿਟ ਦੀ ਮੀਟਿੰਗ ਹੋਈ ਉਹਦੇ 'ਚ ਇਹਨੂੰ ਲੈ ਕੇ ਉਹਦਾ ਅਸੀਂ ਕਰ ਲਾਂਗੇ। ਉਹਦੇ ਬਾਅਦ ਸਾਡੀ ਇਹਦੇ 'ਚ ਕੋਈ ਵੀ ਹੁਣ ਕੋਈ ਡਿਲੇ ਨਹੀਂ ਔਰ ਇਹਦੇ ਜਿਹੜੀ ਹੈ ਕਿ ਇਹੀ ਹੈ ਕਿ ਸਾਡੀ ਜਿਹੜੀ DBR ਪ੍ਰੋਜੈਕਟ ਰਿਪੋਰਟ ਉਹ ਵੀ ਤਿਆਰ, ਸਭ ਕੁਝ ਤਿਆਰ ਹੋ ਕੇ ਅਪਰੂਵਲਾਂ ਸਾਡੀਆਂ ਤਿਆਰ ਨੇ ਔਰ ਅਸੀਂ 1.5 ਸਾਲ ਦੇ ਵਿੱਚ ਮਿੱਲ ਜਿਹੜੀ ਖੜੀ ਕਰ ਦਿਆਂਗੇ। ਇਹਦੇ ਬਾਰੇ ਤਾਂ ਮੈਨੂੰ ਇਹਨਾਂ ਨਹੀਂ ਪਤਾ, ਪਰ ਮੇਰਾ ਤਾਂ ਆਪਣੇ ਕੋਆਪਰੇਟਿਵ ਡਿਪਾਰਟਮੈਂਟ ਦਾ ਕਹਾਂਗੇ ਅਸੀਂ ਕੋਈ ਵੀ ਡਿਲੇ ਕਿਸੇ ਪਾਸੇ ਦੀ ਕਦੀ ਵੀ ਨਹੀਂ ਹੋਣ ਦਿੰਦੇ। ਅਸੀਂ ਪਹਿਲੇ ਐਡਵਾਂਸ ਕੰਮ ਕਰਕੇ ਇਹ ਅਤੇ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ, ਦੇਖੋ NCT ਵਾਲਿਆਂ ਦੇ ਉਹਨਾਂ ਦੇ ਵੀ ਕਈ ਪ੍ਰੋਬਲਮਸ ਨੇ, ਉਹਦੇ 'ਚ ਸਰਕਾਰ ਦੀਆਂ ਵੀ ਕਈ ਡਿਲੇ ਦੀਆਂ ਆ ਜਾਂਦੀਆਂ, ਕੋਈ ਏਡੀ ਵੱਡੀ ਉਹਨੂੰ ਬੈਠ ਕੇ ਸੌਟ ਆਊਟ ਹੋ ਜਾਂਦੀਆਂ ਨੇ ਅਤੇ ਵਾਕਈ ਡਿਲੇ ਹੋਣੀ ਨਹੀਂ ਚਾਹੀਦੀ। ਕਦੇ ਵੀ ਜੇ ਹੁਣ ਅਸੀਂ ਮਿੱਲਾਂ ਜਿਹੜੀਆਂ ਸਟਾਰਟ ਕਰਨੀਆਂ ਤਾਂ ਇਹਨਾਂ 'ਚ ਕੋਈ ਡਿਲੇ ਨਹੀਂ ਹੈਗੀ ਔਰ ਸਭ ਅਪਰੂਵਲਾਂ ਅਸੀਂ ਲੈ ਕੇ ਇਹਨਾਂ ਨੂੰ ਤਿਆਰੀ ਕਰਕੇ ਬੈਠੇ। ਇਹਦਾ ਜਿਹੜੀ SIT ਦਾ ਕੰਮ ਹੈ ਕਿਸੇ ਨੂੰ ਸਮਨ ਕਰਨਾ, ਨਹੀਂ ਆਉਣਾ ਜਾਂ ਨਹੀਂ ਆਉਣਾ ਉਸ ਬੰਦੇ 'ਤੇ ਨਿਰਭਰ ਕਰਦਾ। ਜਿਹੜੇ ਬੰਦੇ ਆਪ ਨੂੰ ਉਹਨਾਂ ਦੀ ਕੋਰ ਕਮੇਟੀ ਨੇ ਕਹਿਤਾ ਕਿ ਇਹ ਦੋਨੋਂ ਪੇਸ਼ ਹੋਣਗੇ, ਜੇ ਨਹੀਂ ਪੇਸ਼ ਹੁੰਦੇ ਤਾਂ ਆਪੇ ਹੀ ਪੰਜਾਬ ਦੀ ਜਿਹੜੀ ਹੈਗੀ ਆ ਗੁਨਾਹਗਾਰ ਨੇ ਇਹਦਾ ਮਤਲਬ, ਅਤੇ ਇਹਨਾਂ ਨੂੰ ਪੇਸ਼ 'ਚ ਹੋਣਾ ਹੀ ਪਏਗਾ। SIT ਕਿਸੇ ਦੀ ਨਹੀਂ ਗੀ, SIT ਜਿਹੜੇ ਆਫਿਸਰ ਨੇ ਉਹਨਾਂ ਦੇ ਟਾਈਮ 'ਤੇ ਸੀ, ਹੁਣ ਵੀ ਉਹ ਨੇ, ਅੱਗੇ ਵੀ ਉਹਨਾਂ ਨੇ ਰਹਿਣਾ, ਅਤੇ ਇਸ ਕਰਕੇ SIT 'ਤੇ ਕਿੰਤੂ ਪਰੰਤੂ ਕਰਨ ਦੀ ਉਹਨਾਂ ਨੂੰ ਵੀ ਕੋਈ ਐਡੀ ਵੱਡੀ ਲੋੜ ਨਹੀਂ। ਸਾਡੇ ਕੋਆਪਰੇਟਿਵ ਡਿਪਾਰਟਮੈਂਟ ਦਾ ਮਾਰਕਫੈਡ ਦਾ ਉਹਨਾਂ ਨਾਲ ਅਸੀਂ ਟਾਈਅਪ ਕੀਤਾ ਔਰ ਮੈਂ ਵੀ ਉੱਥੇ ਗਿਆ ਸੀ। ਜਿਹੜੇ ਸਾਡੇ ਪ੍ਰੋਡਕਟ ਬਣਦੇ ਨੇ ਉਹਨਾਂ ਦੇ ਨਾਲ ਕੋਈ 59 ਸਾਡੇ ਪ੍ਰੋਡਕਟ ਬਣਦੇ, ਉਹਨਾਂ ਨਾਲ ਗੱਲ ਕੀਤੀ ਆ। ਉਹਨਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਆਪਣੀ ਜਿਹੜੀ ਉਹਨਾਂ ਦੀ ਮਾਰਕੀਟਿੰਗ ਹੈ, ਜਿਵੇਂ ਸਾਡਾ ਮਾਰਕੀਟ ਹੈ ਉਹਨਾਂ ਦੀ ਵੀ ਆਪਣੀ ਮਾਰਕੀਟਿੰਗ ਉੱਥੇ ਜਿਹੜੀ ਹੈਗੀ ਹੈ, ਉਹਦੇ 'ਚ ਜਿੱਥੇ ਜਿੱਥੇ ਉਹਨਾਂ ਦੇ ਸਟੋਰ ਨੇ ਕਦੇ ਉੱਥੇ ਤੁਹਾਡਾ ਅਸੀਂ ਮਾਰਕੀਟ ਦਾ ਟੋਟਲ ਸਮਾਨ ਅਸੀਂ ਵੇਚਾਂਗੇ। ਅਸੀਂ 20-20 ਸਾਲ ਮਿੱਲ ਦੇ ਵਿੱਚ ਕੰਮ ਕੀਤਾ ਵਾ, ਤਰਨ ਤਾਰਨ ਕੋਆਪਰੇਟਿਵ ਸ਼ੂਗਰ ਮਿੱਲ ਦੇ ਵਿੱਚ। ਉਹਨੂੰ 6 ਦੇ ਵਿੱਚ ਨਾ ਬੰਦ ਕਰਤਾ ਗਿਆ, ਸਾਨੂੰ 6 ਤੋਂ ਬਾਅਦ ਹੁਣ ਤੱਕ ਕੁਛ ਨਹੀਂ ਮਿਲਿਆ, ਨਾ ਕੋਈ ਰਿਟੇਨਿੰਗ, ਨਾ ਕੋਈ ਭੱਤਾ, ਨਾ ਕੋਈ ਬੈਨੀਫਿਟ। ਸਾਨੂੰ 6 'ਚ ਮਿੱਲ ਬਾਅਦ ਆਣ ਕੇ 9 'ਚ ਕੱਢਿਆ ਗਿਆ, ਟੱਚ ਕਰਤਾ। ਉਸ ਤੋਂ ਬਾਅਦ ਅਸੀਂ ਇਹ ਠੇਕੇ 'ਤੇ ਜਾਂ ਮਿੱਲਾਂ 'ਚ ਕੰਮ ਕਰ ਰਹੇ ਹਾਂ, ਕਿਉਂਕਿ ਸਾਨੂੰ ਥੋੜ੍ਹੀ ਜਿਹੀ ਤਨਖਾਹ ਦੇ ਕੇ ਅਸੀਂ ਟਾਈਮ ਪਾਸ ਕਰਨ ਰਹੇ ਹਾਂ। ਕੋਈ ਸਾਡੇ ਹੋਰ ਰੁਜ਼ਗਾਰ ਕੋਈ 20-20 ਸਾਲ ਅਸੀਂ ਉੱਧਰ ਲਾ ਲਏ, ਬੱਚੇ ਜਵਾਨ ਹੋ ਗਏ, ਬੱਚੇ ਵਿਹੁਣੇ, ਮਕਾਨ ਬਣਾਉਣਾ, ਅਤੇ ਅਸੀਂ ਮੌਜੂਦਾ ਟਾਈਮ ਪਾਸ ਕਰਨ ਰਹੇ ਹਾਂ। ਇਹ ਤਕਰੀਬਨ 5 ਮਿੱਲਾਂ ਵਾ ਪੰਜਾਬ ਦੇ ਵਿੱਚ ਜਿਹੜੀਆਂ ਬੰਦ ਹੋਈਆਂ, ਅਤੇ 2200 ਦੇ ਕਰੀਬ ਬੰਦੇ ਆ ਜਿਹੜੇ ਸਾਰੀਆਂ ਮਿੱਲਾਂ ਦੇ ਵਿੱਚ ਸੀਨੀਅਰ ਪਰਮਾਨੈਂਟ ਆ, ਉਹਨਾਂ ਨੂੰ ਕੁਛ ਨਹੀਂ ਮਿਲਿਆ। ਸਾਨੂੰ ਜੇ ਕਿਤੇ ਮਿੱਲਾਂ ਅਸੀਂ ਕੰਮ ਕਰਨ ਠੇਕੇ 'ਤੇ ਸਾਨੂੰ ਪੱਕਿਆ ਕੀਤਾ ਜਾਵੇ, ਜਿਹੜੇ ਸਾਡੇ 10-12 ਦੀ ਟ੍ਰੇਨਿੰਗ ਮਿਲਦੀ, ਸਾਨੂੰ ਆਪ ਘਰ ਬੈਠਿਆਂ ਮਿਲਦੀ ਸੀ, ਉਹ ਸਾਡੀ ਜਿਹੜੀ ਬਣਦੀ ਬਾਹਰ ਰਾਤਾਂ ਸਾਨੂੰ ਦਿੱਤੀ ਜਾਵੇ। ਇਹਦੇ ਬਾਰੇ ਸੈਨਿਕ ਵੀ ਘੱਟ ਸਰਕਾਰ ਦੀਆਂ ਪੋਲਸੀਆਂ ਕਰਕੇ ਕਰ ਲਓ, ਕਿਸੇ ਤਰ੍ਹਾਂ ਕਰ ਲਓ, ਪੋਲੀਟੀਕਲ ਪ੍ਰੈਸ਼ਰ ਕਰ ਲਓ, ਅਤੇ ਸਾਡੇ ਨਾਲ ਬਹੁਤ ਧੱਕਾ ਗਏ, ਸਾਡਾ ਬਹੁਤ ਨੁਕਸਾਨ ਹੋਇਆ। ਸਾਡੇ ਬੱਚੇ ਵਿਹੁਣ ਤੋਂ ਬੈਠੇ ਆ, ਅਸੀਂ ਮਕਾਨ ਬਣਾਉਣ ਤੋਂ ਬੈਠੇ ਹਾਂ, ਜੋ ਬੱਚੇ ਆ ਉਦੋਂ ਸੈਲਰੀ ਮਿਲੀ, ਜੋ ਸਾਡੇ ਖਰਚੇ ਵਧੇ, ਅੱਜ ਕੱਲ੍ਹ ਸਾਡੇ ਬੱਚੇ ਵਿਹਲੇ ਤੁਰੇ ਫਿਰਦੇ, ਅਸੀਂ ਪੜ੍ਹਾ ਨਹੀਂ ਸਕੇ। ਐਜ ਏ ਕੰਟੈਕਟ ਬੇਸ 'ਤੇ ਕੰਮ ਕਰਨ ਦੇ ਲਈ ਸਾਨੂੰ ਨਾ ਕੋਈ ਉੱਧਰ ਰਿਟੈਚਮੈਂਟ ਦੇ ਕੇ ਅਤੇ ਕੱਢ ਘੱਤਿਆ ਵਾ, ਨਾ ਕੋਈ ਵੀਰਸ ਦਿੱਤੀ ਆ, ਨਾ ਕੋਈ ਪਤਾ ਦਿੱਤਾ ਵਾ, ਨਾ ਕੋਈ ਬਾਅਦ 'ਚ ਨੌਕਰੀ ਦਿੱਤੀ ਆ। ਇਸ 2006 ਤੋਂ ਲਾ ਕੇ ਅੱਜ ਤੱਕ ਜੀ
12 ਦੇ ਵਿੱਚ ਉਹ ਰਿਟੈਚਮੈਂਟ ਦਿੱਤੀ 12 ਦੇ ਵਿੱਚ ਜਾ ਕੇ ਉਹ ਵੀ 40-40 ਹਜ਼ਾਰ ਰੁਪਈਆ ਕਿਸੇ ਨੂੰ। ਅਸੀਂ ਚਾਹੁੰਦੇ ਹਾਂ ਕਿ ਜਿੱਥੇ ਪੋਸਟਾਂ ਖਾਲੀ ਆ ਉੱਥੇ ਸਾਨੂੰ ਐਡਜਸਟ ਕਰ ਦਿੱਤਾ ਜਾਵੇ ਅਤੇ ਜੋ ਵੀ ਸਾਡਾ ਬਣਦਾ ਹੱਕ ਵਾ ਉਹ ਦਿੱਤਾ ਜਾਵੇ।